नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को फॉलो। ਅਸੀਂ ਆਏ ਹਾਂ, ਉਹ ਸਾਡੇ ਉਹਨਾਂ ਨੂੰ ਮਤਲਬ ਇੱਕ ਨਹਿਰ ਦੇ ਵਿੱਚ ਨਹਾਉਣ ਲੱਗੇ ਸੀ। ਨਹਾਉਂਦਾ ਨਹਾਉਂਦਾ ਮਤਲਬ ਇੱਕ ਆਪ ਦੂਜਾ ਜਿਹੜਾ ਬਚਾਉਣ ਲੱਗਾ, ਇਹ ਰੋੜੇ ਪੈ ਗਿਆ। ਦੂਜੇ ਨੇ ਛਾਲ ਮਾਰੀ, ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ। ਤੀਜਾ ਕਰਤਾਰ ਸਿੰਘ ਨੇ ਛਾਲ ਮਾਰੀ, ਉਹ ਵੀ ਵਿੱਚ ਰੁੜ ਗਿਆ। ਚੌਥੇ ਦੇ ਵਿੱਚ ਛਾਲ ਮਾਰੀ, ਮੁੜ ਕੇ ਉਹਨਾਂ ਨੂੰ ਮਤਲਬ ਬਚਾਇਆ ਗਿਆ ਜੀ। ਪੱਗ ਸੁੱਟ ਗਈ ਅਤੇ ਸਾਡੀ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਜੀ। ਅੰਮ੍ਰਿਤਸਰ ਐਸ ਡੀ ਓ ਸਾਹਿਬ ਨੂੰ ਰਿਕੁਐਸਟ ਕੀਤੀ, ਰਿਕੁਐਸਟ ਕਰਨ ਦੇ ਬਾਵਜੂਦ ਉਹਨਾਂ ਨੇ ਪਾਣੀ ਦਾ ਵਾਰ ਥੋੜ੍ਹਾ ਜਿਹਾ ਘਟਾ ਦਿੱਤਾ ਗਿਆ ਜੀ। ਹੁਣ ਸਾਰੇ ਅਸੀਂ ਇਲਾਕਾ ਨਿਵਾਸੀ ਪਿੰਡ ਭਾਰਪਾਲ ਦੇ ਸਾਰੇ ਅਸੀਂ ਮਤਲਬ ਦੇਖਭਾਲ ਕਰ ਰਹੇ, ਪਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ। ਇਹ ਨਹਿਰ ਪੱਕੀ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਜਾਂ ਕੱਚੀ ਨਹਿਰ ਹੁੰਦੀ, ਕੋਈ ਕਿਸਾ ਬੂਹਾ ਹੱਥ ਲੱਗ ਜਾਂਦਾ, ਕੋਈ ਖੈਰ ਕਿਤੇ ਕੋਈ ਕੁੰਡਾ ਵੀ ਹੈ ਨਹੀਂ ਜੇ ਮਤਲਬ ਜੇ ਇਹ ਨਾਲ ਕਿਤੇ ਹੱਥ ਪੈਣਾ ਹੋਵੇ। ਇੱਥੇ ਸਾਰੀ ਦਾ ਨਹਿਰ ਦੇ ਉੱਤੇ ਕੋਈ ਪੌੜੀਆਂ ਪਾੜੀਆਂ ਬਣਨੀਆਂ ਚਾਹੀਦੀਆਂ। ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੋ ਵੀ ਮਤਲਬ ਇਹਨਾਂ ਦੀ ਸਹਾਇਤਾ ਕੀਤੀ ਜਾਵੇ। 200 ਮੀਟਰ ਦੇ ਇਲਾਕੇ ਜਾ ਕੇ ਪੌੜੀਆਂ ਬਣਨੀਆਂ ਚਾਹੀਦੀਆਂ। ਉਹ ਵੀ ਡੁੱਬ ਗਿਆ ਜੀ। ਉਸ ਤੋਂ ਬਾਅਦ ਮੱਖਣ ਸਿੰਘ ਉਹਨੇ ਛਾਲ ਮਾਰੀ ਬਚਾਉਣਾ ਅਤੇ ਉਹ ਵੀ ਰੁੜ ਗਿਆ ਜੀ। ਚੌਥਾ ਬੰਦਾ ਵਿੱਚ ਗਿਆ ਜੀ, ਉਹਨੂੰ ਪੱਗ ਸੁੱਟ ਕੇ ਫਿਰ ਕੱਢ ਲਿਆ ਗਿਆ। ਤਿੰਨ ਜਾਣੇ ਜਿਹੜੇ ਉਹ ਤਾਂ ਰੁੜ ਗਏ ਜੀ। ਹਾਂਜੀ, ਇੱਕੋ ਪਿੰਡ ਪਿੰਡ ਭਾਸ਼ਾ ਪਿੰਡ ਭਾਸ਼ਾ ਕਿੰਨੇ ਕੁ ਵਜੇ ਦੀ ਘਟਨਾ? 7:30 ਵਜੇ ਦੀ ਗੱਲ ਹੈ, ਸ਼ਾਮ ਦੇ 7:30 ਵਜੇ ਦੀ ਗੱਲ। ਹੁਣ ਕੀ ਪ੍ਰਸ਼ਾਸਨ ਕੀ ਕਾਰਵਾਈ ਕਰ? ਨਹਿਰ ਬੰਦ ਕਰਾਤੀ ਹੈ ਜੀ। ਵੇਖੋ ਹੁਣ ਲਾਸ਼ਾਂ ਲੱਭਣ ਲੱਗੇ ਜੀ, ਭਾਲ ਕਰ ਰਹੇ ਹੁਣ। ਐਸ ਡੀ ਓ ਸਾਹਿਬ ਨਾਲ ਸਾਡੀ ਗੱਲ ਹੋਈ ਆ।